ਤੇ ਮੱਧ ਪ੍ਰਦੇਸ਼ ਦੀਆਂ ਚੋਣਾਂ ਲੈ ਕੇ ਬੀਜੇਪੀ ਅਤੇ ਕਾਂਗਰਸ ਵੱਲੋਂ ਭਾਰੀ ਉਤਸ਼ਾਹ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ। ਹਰ ਪਾਰਟੀ ਆਪਣੇ ਵੱਲੋਂ ਈੜੀ ਚੂਟੀ ਦਾ ਜ਼ੋਰ ਲਗਾ ਰਹੀ ਹੈ। ਸੋਮਵਾਰ ਨੂੰ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ ਤੇ ਵੱਧ ਤੋਂ ਵੱਧ ਚੜ੍ਹ ਕੇ ਕੰਮ ਕਰਨ ਦੀ ਗੱਲ ਆਖੀ ਗਈ। ਤੋ ਆਜ ਮੱਧ ਪ੍ਰਦੇਸ਼ ਕੇ ਅੰਦਰ ਜਿਸ ਪ੍ਰਕਾਰ ਸੇ ਹਮਾਰੀ ਸਰਕਾਰ ਨੇ 15 ਸਾਲ ਤੱਕ ਕੰਮ ਕੀਆ ਹੈ, ਮੈਂ ਨਿਸ਼ਚਿਤ ਰੂਪ ਸੇ ਮਾਨਤਾ ਹੂੰ ਕਿ ਦੇਸ਼ ਭਰ ਕੀ ਚੁਣੀ ਹੋਈ ਸਰਕਾਰੋਂ ਮੇਂ ਸ਼ਿਵਰਾਜ ਸਿੰਘ ਕੇ ਨੇਤ੍ਰਤਵ ਮੇਂ ਜੋ 15 ਸਾਲ ਕੰਮ ਕੀਆ ਹੈ, ਵੋ ਲੋਕਤਾਂਤ੍ਰਿਕ ਸਰਕਾਰ ਕਿਸ ਤਰ੍ਹਾਂ ਸੇ ਚੱਲ ਸਕਤੀ ਹੈ, ਇਸਕਾ ਇੱਕ ਉਤਕ੍ਰਿਸ਼ਟ ਔਰ ਆਦਰਸ਼ ਉਦਾਹਰਣ ਹੈ। ਮੱਧ ਪ੍ਰਦੇਸ਼ ਜਬ ਸ਼ਾਸਨ ਭਾਰਤੀ ਜਨਤਾ ਪਾਰਟੀ ਕਾ ਆਇਆ ਤਬ ਇੱਕ ਬਿਮਾਰੂ ਰਾਜ ਕੇ ਰੂਪ ਮੇਂ ਜਾਣਾ ਜਾਤਾ ਥਾ, ਔਰ ਆਜ ਮੱਧ ਪ੍ਰਦੇਸ਼ ਕਾ ਹਮ ਵਿਕਾਸ ਕੀ ਦ੍ਰਿਸ਼ਟੀ ਸੇ ਇਵੈਲੂਏਸ਼ਨ ਕਰਤੇ ਹੈ, ਉਸਕੀ ਤੁਲਨਾ ਕਰਤੇ ਹੈ, ਤੋ ਦੇਸ਼ ਕੇ ਸਭੀ ਵਿਕਸਿਤ ਰਾਜਿਓ ਕੇ ਸਮਕਕਸ ਮੱਧ ਪ੍ਰਦੇਸ਼ ਕੋ ਖੜਾ ਹੁਆ ਪਾਤੇ ਹੈ। ਇਹ 15 ਸਾਲ ਮੇਂ ਹਰ ਖੇਤਰ ਮੇਂ ਸ਼ਿਵਰਾਜ ਜੀ ਨੇ ਬਹੁਤ ਬੜਾ ਪਰਿਵਰਤਨ ਕਰਨੇ ਕਾ ਪ੍ਰਯਾਸ ਕੀਆ ਹੈ, ਮਗਰ ਹਮ ਯਹਾਂ ਸੇ ਸੰਤੁਸ਼ਟ ਨਹੀਂ ਹੈ। ਬਿਮਾਰੂ ਮੱਧ ਪ੍ਰਦੇਸ਼ ਕੋ ਸ਼ਿਵਰਾਜ ਜੀ ਨੇ ਵਿਕਸਿਤ ਮੱਧ ਪ੍ਰਦੇਸ਼ ਬਣਾਇਆ ਹੈ। ਹਮ ਸਭ ਭਾਰਤੀ ਜਨਤਾ ਪਾਰਟੀ ਕੇ ਕਾਰਜਕਰਤਾਓ ਕਾ ਲਕਸ ਹੈ ਕਿ ਵਿਕਸਿਤ ਮੱਧ ਪ੍ਰਦੇਸ਼ ਕੋ ਸਮਰੁੱਧ ਮੱਧ ਪ੍ਰਦੇਸ਼ ਬਣਾ ਕਰ ਦੇਸ਼ ਕੇ 1, 2, 3 ਨੰਬਰ ਕੇ ਸਮਰੁੱਧ ਰਾਜ ਮੇਂ ਮੱਧ ਪ੍ਰਦੇਸ਼ ਕੋ ਪਹੁੰਚਾਨਾ। ਮੱਧ ਪ੍ਰਦੇਸ਼ ਕੇ ਅੰਦਰ ਪੋਟੈਂਸ਼ੀਅਲ ਪੜਾ ਹੈ, ਸਾਰੀ ਸੰਭਾਵਨਾਏ ਪੜੀ, ਇਹ ਸਾਰੀ ਸੰਭਾਵਨਾਓ ਕੋ ਮੱਧ ਪ੍ਰਦੇਸ਼ ਕੀ ਕਰੋੜੋ ਜਨਤਾ ਕੋ ਸਾਥ ਮੇਂ ਰੱਖਤੇ ਹੋਏ ਸ਼ਿਵਰਾਜ ਜੀ ਕੇ ਨੇਤ੍ਰਤਵ ਮੇਂ ਇਸਕੇ ਆਪਟੀਮਮ ਲੇਵਲ ਪਰ ਲੈ ਜਾਣਾ ਔਰ ਮੱਧ ਪ੍ਰਦੇਸ਼ ਕੋ ਸਮਰੁੱਧ ਬਣਾਨਾ, ਇਹ ਹਮਾਰਾ ਚੁਣਾਵ ਕਾ ਲਕਸ ਹੈ। ਆਜ ਜਬ ਮੱਧ ਪ੍ਰਦੇਸ਼ ਕੇ ਸਾਰੇ ਕਾਰਜਕਰਤਾਓ ਸੇ ਮੈਂ ਬਾਤ ਕਰ ਰਹਾ ਹੂੰ, ਤੋ ਮੁਝੇ ਕਹਿਣੇ ਮੇਂ ਬੜਾ ਗਰਵ ਹੋ ਰਹਾ ਹੈ ਕਿ ਮੱਧ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਕੀ ਉਨ ਇਕਾਈਓ ਮੇਂ ਸੇ ਇੱਕ ਇਕਾਈ ਹੈ ਜਹਾਂ ਸੰਗਠਨ ਸਭਸੇ ਅੱਛਾ ਹੈ। ਯਹਾਂ ਪਰ ਕੁਸ਼ਾਭਾਉ ਕੇ ਪੂਰੇ ਜੀਵਨ ਕੇ ਤਪ ਕੀ ਤਪਸ਼ਚਰਿਆ, ਰਾਜਮਾਤਾ ਕਾ ਸਨੇਹ, ਰਾਜਮਾਤਾ ਕਾ ਨਿਰੰਤਰ ਪ੍ਰਵਾਸ ਔਰ ਸੁੰਦਰ ਸਿੰਘ ਪਟਵਾ ਜੀ ਕੀ ਸਰਕਾਰ ਚਲਾਨੇ ਕੀ ਕੌਸ਼ਲਤਾ, ਉਸਨੇ ਭਾਰਤੀ ਜਨਤਾ ਪਾਰਟੀ ਕੋ ਇੱਕ ਬਹੁਤ ਮਜ਼ਬੂਤੀ ਪ੍ਰਦਾਨ ਕੀ ਹੈ, ਇੱਕ ਐਸੀ ਨੀਂਹ ਡਾਲੀ ਹੈ ਜਿਸ ਪਰ ਇੱਕ ਮਜ਼ਬੂਤ ਇਮਾਰਤ ਅੱਜ ਹਮ ਸਭ ਕੇ ਸਾਹਮਣੇ ਖੜੀ ਹੈ। ਔਰ ਅੱਜ ਹਮ ਜਬ ਚੁਣਾਵ ਮੇਂ ਜਾ ਰਹੇ ਹੈ, ਤੋ ਮੇਰਾ ਆਪ ਸਭੀ ਸੇ ਆਗ੍ਰਹ ਹੈ ਕਿ ਚੁਣਾਵ ਕੋ ਹਮ ਸੰਗਠਨ ਕੀ ਪਰੀਕਸ਼ਾ ਇਹ ਨਾਤੇ ਬਣਾਏ। ਸੰਗਠਨ ਕੀ ਪਰੀਕਸ਼ਾ ਕਾ ਕਿਆ ਮਤਲਬ ਹੈ? ਸੰਗਠਨ ਕੇ ਮਾਧਿਅਮ ਸੇ ਮੱਧ ਪ੍ਰਦੇਸ਼ ਕੇ ਹਰ ਮਤਦਾਤਾ ਕਾ ਹਮ ਸੰਪਰਕ ਕਰੇ, ਹਰ ਮਤਦਾਤਾ ਤੱਕ ਹਮਾਰੀ ਸਰਕਾਰ ਕੇ ਵਿਕਾਸ ਕੇ ਕਾਮੋ ਕੋ ਪਹੁੰਚਾਏ, ਹਰ ਮਤਦਾਤਾ ਤੱਕ ਸ਼ਿਵਰਾਜ ਜੀ ਕਾ ਸੰਦੇਸ਼ ਪਹੁੰਚਾਏ, ਹਰ ਮਤਦਾਤਾ ਤੱਕ ਨਰੇਂਦਰ ਮੋਦੀ ਜੀ ਕਾ ਸੰਦੇਸ਼ ਪਹੁੰਚਾਏ, ਔਰ ਹਰ ਮਤਦਾਤਾ ਤੱਕ ਹਮਾਰੀ ਵਿਚਾਰਧਾਰਾ ਕੋ ਪਹੁੰਚਾਏ, ਇਹ ਹਮਾਰੀ ਚੁਣਾਵ ਜਿੱਤਨੇ ਕਾ ਪੈਮਾਨਾ ਹੈ। ਚੁਣਾਵ ਭਲੇ ਹੀ ਚੁਣਾਵੀ ਪੰਡਿਤ ਕਿਤਨੀ ਸੀਟੇ ਜਿੱਤੇ ਇਸਕੇ ਆਧਾਰ ਪਰ ਉਸਕਾ ਆਕਲਨ ਕਰਤੇ ਹੋਂਗੇ, ਮਗਰ ਹਮ ਸੰਗਠਨ ਕੇ ਕਾਰਜਕਰਤਾਓ ਕੇ ਲੀਏ ਆਕਲਨ ਕਰਨੇ ਕਾ ਤਰੀਕਾ ਯਹੀ ਹੈ ਕਿ ਹਮ ਕਿਤਨੇ ਬੂਥ ਜਿੱਤੇ ਹੈ। 65,000 ਬੂਥੋਂ ਮੇਂ ਸੇ ਜ਼ਿਆਦਾ ਬੂਥੋਂ ਮੇਂ ਵਿਜੈ ਪ੍ਰਾਪਤ ਕਰਨਾ, ਇਹ ਭਾਰਤੀ ਜਨਤਾ ਪਾਰਟੀ ਕੇ ਕਾਰਜਕਰਤਾਓ ਕਾ ਲਕਸ ਹੋਣਾ ਚਾਹੀਏ, ਔਰ ਸਭਸੇ ਜ਼ਿਆਦਾ ਬੂਥੋਂ ਮੇਂ ਅਗਰ ਵਿਜੈ ਪ੍ਰਾਪਤ ਕਰਨੀ ਹੈ ਤੋ ਜਨ ਸੰਪਰਕ ਹਮਾਰਾ ਇੱਕ ਐਸਾ ਸਸ਼ਕਤ ਮਾਧਿਅਮ ਹੈ ਜਿਸਕੇ ਮਾਧਿਅਮ ਸੇ ਹਮ ਜਨਤਾ ਕੋ ਜਨਮਤ ਕਾ ਸੰਗ੍ਰਹਿ ਵੀ ਕਰ ਸਕਤੇ ਹੈ ਔਰ ਉਸਕਾ ਪਰਿਸਕਰਣ ਵੀ ਕਰ ਸਕਤੇ ਹੈ।